ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ YouTube ਚੈਨਲ ਤੇ ਤੇ ਲੈ ਕੇ ਆਪਾਂ ਹਾਜ਼ਰ ਹੋਏ ਜੀ ਛੁਲੇ ਦੀ ਵੱਡੀ ਖਬਰ ਇਹਨਾਂ ਵਿਦਿਆਰਥੀਆਂ ਨੂੰ ਮਿਲੇਗਾ ਵਜੀਫਾ ਜੀ ਹੁਣ ਖੇਚਲੋ ਤਿਆਰੀਆਂ ਬਹੁਤ ਹੀ ਵੱਡੀ ਖਬਰ ਹੈ ਸ੍ਰੋਤੇ ਵੀਰੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਜਿੰਨਾ ਸ੍ਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਕਰ ਦੇਣਾ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸੋ ਵੀਡੀਓ ਨੂੰ ਦਿਲ ਤੋਂ ਲਾਈਕ ਜਰੂਰ ਕਰਦਿਆ ਕਰੋ ਇੱਕ ਵਾਰ ਤਾਂ ਦੋਸਤੋ ਵੱਡੀ ਖਬਰ ਆ ਰਹੀ ਹੈ ਜੀ ਨਰਸਿੰਗ ਦੇ ਵਿੱਚ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਦੇ ਲਈ ਖੁਸ਼ਖਬਰੀ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਰਸਿੰਗ ਸੈਕਸ਼ਨ ਦੇ ਨਾਲ ਹੀ ਵਿੱਚ ਨਰਸਿੰਗ ਐਂਟਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ ਦੱਸਦੀ ਕਿ ਕੇਂਦਰੀ ਮੰਤਰਾਲੇ ਨੇ ਇੰਟਰਨਸ਼ਿਪ ਪੀਰੀਅਡ ਦੌਰਾਨ ਜੀ ਨਰਸਿੰਗ ਐਂਟਰਨ ਲਈ ਵਜੀਫਾ ਵਧਾ ਦਿੱਤਾ ਹੈ ਬੀ ਐਸ ਐਸ ਸੀ ਨਰਸਿੰਗ ਦੇ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਹੁਣ 6 ਮਹੀਨਿਆਂ ਲਈ ਇਹ ਵਧਿਆ ਹੋਇਆ ਵਜੀਫਾ ਮਿਲੇਗਾ ਜੋ ਕਿਸੇ ਵੀ ਐਮ ਬੀਬੀਐਸ ਇੰਟਰਨਸ਼ਿਪ ਦੇ ਦੌਰਾਨ ਪ੍ਰਾਪਤ ਹੋਣ ਵਾਲੇ ਅੰਕ ਦਾ 50% ਹੋਵੇਗਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਹੁਣੇ ਜੁਲਾਈ ਵਿੱਚ ਜਾਰੀ ਕੀਤੇ ਗਏ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਹੁਣ ਤੋਂ ਬੀਐਸਸੀ ਨਰਸਿੰਗ ਦੀ ਪੜ੍ਹਾਈ ਕਰ ਰਹੇ ਇੰਟਰਨੈਨਜ ਨੂੰ 6 ਮਹੀਨਾ ਲਈ 13150 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ ਜਦੋਂ ਕਿ ਹੁਣ ਤੱਕ ਇਹ 500 ਰੁਪਏ ਪ੍ਰਤੀ ਮਹੀਨਾ ਸੀ ਅਜਿਹੇ ਦੇ ਵਿੱਚ ਵਜੀਫਾ ਵਧਾਉਣ ਦੇ ਫੈਸਲੇ ਨਾਲ ਨਰਸਿੰਗ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਜਿਹੜਾ ਹੋਵੇਗਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਐਮ ਬੀਬੀਐਸ ਦੇ ਵਿਦਿਆਰਥੀ ਨੂੰ 6 ਮਹੀਨੇ ਦੀ ਇੰਟਰਨਸ਼ਿਪ ਦੌਰਾਨ 26300 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਇਸ ਦਾ ਅੱਧਾ ਯਾਨੀ ਕਿ 50% ਫੀਸ ਦੀ ਨਰਸਿੰਗ ਵਿਦਿਆਰਥੀ ਨੂੰ ਦਿੱਤਾ ਜਾਵੇਗਾ ਇਸ ਹੁਕਮ ਨੂੰ ਜੁਲਾਈ 2022 ਤੋਂ ਲਾਗੂ ਕਰਨ ਦੇ ਹੁਕਮ ਦਿੱਤੇ ਗਏ